ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ। ਪੰਜਾਬ 'ਚ ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਨਾਲ ਇੱਕ ਕੈਨੇਡਾ ਪ੍ਰਵਾਸੀ ਵੱਲੋਂ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਗੁਰਪ੍ਰੀਤ ਕੌਰ ਨਛੱਤਰ ਸਿੰਘ ਜੋ ਕਿ ਕੈਨੇਡਾ 'ਚ ਰਹਿੰਦਾ ਹੈ, ਉਸਦੀ ਕੋਠੀ ਦੀ ਦੇਖਭਾਲ ਕਰਦੀ ਹੈ। ਉਸਨੇ ਦੱਸਿਆ ਕਿ ਨਛੱਤਰ ਸਿੰਘ ਨੇ ਖੁਦ ਹੀ ਉਸਨੂੰ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਸੀ, ਪਰ ਬਾਅਦ 'ਚ ਉਹ ਬੁਰੀ ਨਜ਼ਰ ਰੱਖਣ ਲੱਗ ਪਿਆ ਸੀ। ਗੁਰਪ੍ਰੀਤ ਕੌਰ ਨੇ ਕਿਹਾ ਕਿ ਇਸ ਬਾਰੇ ਉਸਨੇ ਨਛੱਤਰ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੂੰ ਇਸ ਬਾਰੇ ਸਭ ਕੁਝ ਦੱਸ ਦਿੱਤਾ ਸੀ, ਪਰ ਫਿਰ ਵੀ ਉਹ ਬਾਜ ਨਹੀਂ ਆਇਆ। ਗੁਰਪ੍ਰੀਤ ਕੌਰ ਅਨੁਸਾਰ 13 ਮਈ ਨੂੰ ਨਛੱਤਰ ਸਿੰਘ ਨੇ ਸ਼ਾਮ ਕਰੀਬ 5 ਵਜੇ ਕੋਠੀ ਜਾ ਕੇ ਉਸਦੇ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਇਆ ਸੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲ ਫੋਟੋਜ਼ ਤੇ ਵੀਡੀਓਜ਼ ਮੌਜੂਦ ਨੇ ਜੋ ਲੋੜ ਪੈਣ ਤੇ ਪੇਸ਼ ਕਰੇਗੀ। ਉਧਰ ਪੁਲਿਸ ਨੇ ਨਛੱਤਰ ਸਿੰਘ ਖਿਲਾਫ਼ ਧਾਰਾ 75 ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਕੈਨੇਡਾ ਦੇ ਮਿਸੀਸਾਗਾ 'ਚ ਰਹਿਣ ਵਾਲੇ ਨਛੱਤਰ ਸਿੰਘ ਨੂੰ ਭਾਰਤ ਵਾਪਸ ਲਿਆਉਣ ਲਈ ਕਾਰਵਾਈ ਆਰੰਭ ਕੀਤੀ ਜਾ ਰਹੀ ਹੈ। ਉਧਰ ਹੀ ਇਸ ਮਾਮਲੇ ਸੰਬੰਧੀ ਬੋਲਦਿਆਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਕਿਹਾ ਕਿ ਉਹਨਾਂ ਦੇ ਉਹਨਾਂ ਦੀ ਪਤਨੀ ਨਾਲ ਕੋਈ ਸੰਬੰਧ ਨਹੀਂ ਨੇ, ਉਹਨਾਂ ਦਾ ਕੇਸ ਚੱਲ ਰਿਹਾ, ਇਸ ਕਰਕੇ ਉਹਨਾਂ ਦਾ ਨਾਮ ਉਹਨਾਂ ਦੀ ਪਤਨੀ ਦੇ ਨਾਲ ਨਾ ਜੋੜਿਆ ਜਾਵੇ। ਵੇਅਰ ਯੂ ਫੋਰਸਿੰਗ ਮੀ? ਪਤਾ ਤਾਂ ਲੱਗਣਾ ਚਾਹੀਦਾ। ਮੈਂ ਠੀਕ ਹਾਂ ਨਹੀਂ ਲੱਗ ਜਾਊਗਾ ਫਿਰ ਤੇਰੇ ਲਈ ਮੇਰਾ ਦਿਲ ਧੜਕ ਹੀ ਜਾਂਦਾ। ਹੁਣ ਹਰ ਰੋਜ਼ ਤੇਰਾ ਇੰਤਜ਼ਾਰ, ਹਰ ਰੋਜ਼ ਐਂ ਚੱਲ ਮਾੜਾ ਜਿਹਾ ਜੀ ਦਿਲ ਧੜ ਜਾਂਦਾ ਮਾੜਾ ਜਿਹਾ। ਵੇਅਰ ਯੂ ਫੋਰਸਿੰਗ ਮੀ? ਪਤਾ ਤਾਂ ਲੱਗਣਾ ਚਾਹੀਦਾ। ਮੈਂ ਠੀਕ ਹਾਂ ਨਹੀਂ ਲੱਗ ਜਾਊਗਾ ਫਿਰ ਤੇਰੇ ਲਈ ਮੇਰਾ ਦਿਲ ਧੜਕ ਹੀ ਜਾਂਦਾ। ਹੁਣ ਹਰ ਰੋਜ਼ ਤੇਰਾ ਇੰਤਜ਼ਾਰ, ਹਰ ਰੋਜ਼ ਐਂ ਚੱਲ ਮਾੜਾ ਜਿਹਾ ਜੀ ਦਿਲ ਧੜ ਜਾਂਦਾ ਮਾੜਾ ਜਿਹਾ। ਵੇਅਰ ਯੂ ਫੋਰਸਿੰਗ ਮੀ? ਪਤਾ ਤਾਂ ਲੱਗਣਾ ਚਾਹੀਦਾ। ਮੈਂ ਵੇਅਰ ਯੂ ਫੋਰਸਿੰਗ ਮੀ? ਪਤਾ ਤਾਂ ਲੱਗਣਾ ਚਾਹੀਦਾ। ਮੈਂ ਠੀਕ ਹਾਂ ਨਹੀਂ ਲੱਗ ਜਾਊਗਾ ਫਿਰ ਤੇਰੇ ਲਈ ਮੇਰਾ ਦਿਲ ਧੜਕ ਹੀ ਜਾਂਦਾ। ਹੁਣ ਹਰ ਰੋਜ਼ ਤੇਰਾ ਇੰਤਜ਼ਾਰ, ਹਰ ਰੋਜ਼ ਐਂ ਚੱਲ ਮਾੜਾ ਜਿਹਾ ਜੀ ਦਿਲ ਧੜ ਜਾਂਦਾ ਮਾੜਾ ਜਿਹਾ। ਵੇਅਰ ਯੂ ਫੋਰਸਿੰਗ ਮੀ? ਪਤਾ ਤਾਂ ਲੱਗਣਾ ਚਾਹੀਦਾ। ਮੈਂ ਠੀਕ ਹਾਂ ਨਹੀਂ ਲੱਗ ਜਾਊਗਾ ਫਿਰ ਤੇਰੇ ਲਈ ਮੇਰਾ ਦਿਲ ਧੜਕ ਹੀ ਜਾਂਦਾ। ਹੁਣ ਹਰ ਰੋਜ਼ ਤੇਰਾ ਇੰਤਜ਼ਾਰ, ਹਰ ਰੋਜ਼ ਐਂ ਚੱਲ ਮਾੜਾ ਜਿਹਾ ਜੀ ਦਿਲ ਧੜ ਜਾਂਦਾ ਮਾੜਾ ਜਿਹਾ। ਵੇਅਰ ਯੂ ਫੋਰਸਿੰਗ ਮੀ? ਪਤਾ ਤਾਂ ਲੱਗਣਾ ਚਾਹੀਦਾ। ਮੈਂ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।